ਕਾਰਵਾਈ ਕਰਨ ਵਾਸਤੇ ਮੈਂ ਸੈਲਫ ਵਾਸਤੇ ਕਿਰਪਾਨ ਕੱਢੀ ਸੀ ਆਪਣੀ, ਪਰ ਉਦੋਂ ਉਹਨੇ ਐਂ ਕੀ ਕੀਤਾ, ਇਹਨਾਂ ਦੇ ਯੂਨੀਅਨ ਦੇ ਬੰਦਿਆਂ ਨੇ ਮੈਨੂੰ ਘੇਰ ਲਿਆ। ਭਾਜੀ ਅਗਲਾ ਆਵੇ, ਫਾਜ਼ਰ ਤਾਂ ਹੋਵੇ, ਸਾਹਮਣੇ ਤਾਂ ਆਵੇ, ਜੇ ਮਾਰਨ ਦੀ ਹਿੰਮਤ ਸੀਗੀ ਤਾਂ ਸਾਹਮਣੇ ਤਾਂ ਆਵੇ ਨਾ। ਜਿਹੜੇ ਟੈਂਪੂ ਨੇ ਤਾਂ ਭਾਜੀ ਕਾਗਜ਼ਾਂ 'ਚ ਬੰਦ ਹੋਏ ਪਏ ਨੇ, ਡੀਜ਼ਲ ਵਾਲੇ, ਡੀਜ਼ਲ ਵਾਲੇ। ਕਿਤੇ ਵੀ ਨਹੀਂ ਚੱਲਦੇ, ਧੱਕੇ ਨਾਲ ਚਲਾ ਰਹੇ ਨੇ, ਨਾਲੇ ਇਹਨਾਂ ਦੀ ਯੂਨੀਅਨ ਕੋਈ ਵੀ ਨਹੀਂ ਹੈਗੀ, ਧੱਕੇ ਨਾਲ ਯੂਨੀਅਨ ਬਣਾਈ ਫਿਰਦੇ ਨੇ। ਉਹ ਕੁੜੀਆਂ ਮੈਂ ਬਹਿ ਗਈਆਂ ਚਲੋ ਮੇਰੇ ਕੋਲ, ਅਤੇ ਇਹਨਾਂ ਦਾ ਬੰਦਾ ਆ ਕੇ ਮੇਰੇ ਨਾਲ ਖੈਬਾਜੀ ਜੀ ਕਰਨ ਲੱਗ ਗਿਆ, ਹੈ ਨਾ, ਗੱਡੀ ਦੇ ਵਿੱਚ ਹੀ। ਇਹਨਾਂ ਦੀ ਯੂਨੀਅਨ ਬਣੀ ਹੋਈ ਹੈ, ਇਹਨਾਂ ਦਾ ਪ੍ਰਧਾਨ ਆਇਆ, ਸਾਡਾ ਕੋਈ ਪ੍ਰਧਾਨ ਹੀ ਨਹੀਂ ਹੈਗਾ ਜੀ। ਅਕਸਰ ਪੰਜਾਬ 'ਚ ਨਿਹੰਗ ਸਿੰਘਾਂ ਬਾਰੇ ਕਿਹਾ ਜਾਂਦਾ ਹੈ ਕਿ ਗੱਲ ਗੱਲ 'ਤੇ ਇਹਨਾਂ ਵੱਲੋਂ ਕਿਰਪਾਨ ਕੱਢੀ ਜਾਂਦੀ ਹੈ, ਪਰ ਉਸਦੇ ਪਿੱਛੇ ਦਾ ਕਾਰਨ ਆਖਿਰ ਕੋਈ ਕੋਈ ਦੱਸ ਸਕਦਾ। ਹਾਲ ਹੀ 'ਚ ਪਟਿਆਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਸੀ ਕਿ ਜਿੱਥੇ ਇੱਕ ਈ ਰਿਕਸ਼ਾ ਅਤੇ ਆਟੋ ਚਾਲਕ ਦੀ ਦੋ ਸਵਾਰੀਆਂ ਪਿੱਛੇ ਹੱਥੋਂ ਪਾਈ ਹੋ ਗਈ, ਜਿਸ 'ਚ ਆਟੋ ਵਾਲੇ ਨੇ ਈ ਰਿਕਸ਼ਾ ਵਾਲੇ ਨਿਹੰਗ ਸਿੰਘ 'ਤੇ ਮੱਥੇ 'ਤੇ ਵਾਰ ਕਰਕੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ। ਅਤੇ ਜਦੋਂ ਨਿਹੰਗ ਸਿੰਘ ਨੇ ਆਪਣੀ ਰੱਖਿਆ ਲਈ ਕਿਰਪਾਨ ਕੱਢੀ ਤਾਂ ਫਿਰ ਆਟੋ ਚਾਲਕ ਫਰਾਰ ਹੋ ਗਿਆ। ਇਸ ਮਾਮਲੇ 'ਤੇ ਜ਼ਖਮੀ ਹੋਏ ਨਿਹੰਗ ਸਿੰਘ ਨੇ ਆਖਿਰ ਕੀ ਕਿਹਾ, ਸੁਣੋ। ਸੁਖਬੀਰ ਸਿੰਘ ਵੀਰੇ, ਕਾਰਨ ਵੀਰੇ ਕੁਛ ਨਹੀਂ, ਮੈਂ ਸਵਾਰੀਆਂ ਲੈ ਕੇ ਆ ਰਿਹਾ ਸੀ ਬੱਸ ਸਟੈਂਡ, ਦੋ ਸਵਾਰੀਆਂ, ਅਤੇ ਦੋ ਸਵਾਰੀਆਂ ਤਾਂ ਕੁੜੀਆਂ ਸੀਗੀਆਂ, ਵਿਚਾਰੀਆਂ ਕਹਿੰਦੇ ਸਾਨੂੰ ਕਾਲੀ ਆ, ਸਾਨੂੰ ਲੈ ਜਾਓ। ਅਤੇ ਯੂਨੀਅਨ ਵਾਲੇ ਕਹਿੰਦੇ ਵੀ ਇੱਥੋਂ ਨਹੀਂ ਲੈ ਕੇ ਜਾਣੀ ਸਵਾਰੀ, ਉਹ ਕਹਿੰਦੀ ਵੀਰੇ ਅਸੀਂ ਤੁਹਾਡੇ ਨਾਲ ਹੀ ਜਾਣਾ, ਇਹਨਾਂ ਨੂੰ ਕਹਿੰਦੀਆਂ ਆਟੋ ਵਾਲਿਆਂ ਨੂੰ ਵੀ ਅਸੀਂ ਲੇਟ ਹੋ ਰਹੀ ਹਾਂ, ਵੀ ਤਾਂ ਅਸੀਂ ਇਹਦੇ ਨਾਲ ਹੀ ਚੱਲ ਜਾਂਦੇ ਹਾਂ, ਵੀ ਤੁਸੀਂ ਭਰ ਕੇ ਜਾਓਗੇ। ਉਹ ਕੁੜੀਆਂ ਮੈਂ ਬਹਿ ਗਈਆਂ ਚਲੋ ਮੇਰੇ ਕੋਲ, ਅਤੇ ਇਹਨਾਂ ਦਾ ਬੰਦਾ ਆ ਕੇ ਮੇਰੇ ਨਾਲ ਖੈਬਾਜੀ ਜੀ ਕਰਨ ਲੱਗ ਗਿਆ, ਹੈ ਨਾ, ਗੱਡੀ ਦੇ ਵਿੱਚ ਹੀ। ਅਤੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ, ਵੀ 20 ਰੁਪਏ ਦੀ ਸਵਾਰੀ ਪਿੱਛੇ ਕਾਹਨੂੰ ਲੜੀ ਜਾਂਦਾ ਤੂੰ, ਹੈ ਨਾ। ਅਤੇ ਉਹਨੇ ਪਤਾ ਨਹੀਂ ਹੱਥ ਤੋਂ ਕੀ ਮਾਰਿਆ ਮੇਰੇ ਅੱਖ 'ਤੇ, ਅਤੇ ਉਹਨੇ ਮੇਰੇ ਨਾਲ, ਜਦੋਂ ਮੈਂ ਨਿਕਲਿਆ ਬਾਹਰ ਕਾਰਵਾਈ ਕਰਨ ਵਾਸਤੇ, ਮੈਂ ਸੈਲਫ ਵਾਸਤੇ ਕਿਰਪਾਨ ਕੱਢੀ ਸੀ ਆਪਣੀ, ਪਰ ਉਦੋਂ ਉਹਨੇ ਐਂ ਕੀ ਕੀਤਾ, ਇਹਨਾਂ ਦੇ ਯੂਨੀਅਨ ਦੇ ਬੰਦਿਆਂ ਨੇ ਮੈਨੂੰ ਘੇਰ ਲਿਆ, ਅਤੇ ਮਤਲਬ ਮੈਨੂੰ ਕਹਿੰਦੇ ਵੀ ਨਾ ਨਾ ਕੋਈ ਗੱਲ ਨਹੀਂ ਮਾਰੋ ਨਾ। ਅਤੇ ਮੇਰੀ ਵਾਰੀ ਫਿਰ ਇਹਨਾਂ ਨੇ ਉਹ ਬੰਦਾ ਭਜਾਤਾ, ਮਤਲਬ ਮਾਰਨ ਲੱਗਿਆ ਸੀਗਾ, ਮੈਂ ਭੱਜ ਗਿਆ। ਫਿਰ ਮੰਗ ਤਾਂ ਕੁਛ ਨਹੀਂ ਭਾਜੀ, ਅਗਲਾ ਆਵੇ, ਫਾਜ਼ਰ ਤਾਂ ਹੋਵੇ, ਸਾਹਮਣੇ ਤਾਂ ਆਵੇ, ਜੇ ਮਾਰਨ ਦੀ ਹਿੰਮਤ ਸੀਗੀ ਤਾਂ ਸਾਹਮਣੇ ਤਾਂ ਆਵੇ ਨਾ, ਪਹਿਲਾਂ ਤਾਂ ਮਾਰ ਗਿਆ, ਹੁਣ ਤਾਂ ਆਵੇ ਸਾਹਮਣੇ, ਗੱਲ ਕਰੇ ਮੇਰੇ ਨਾਲ ਆ ਕੇ, ਫਿਰ ਮੈਂ ਦੇਖਾਂ ਉਦੋਂ ਮੌਕੇ 'ਤੇ ਦੇਖਾਂਗਾ। ਇਸ ਦੇ ਨਾਲ ਹੀ ਇੱਕ ਈ ਰਿਕਸ਼ਾ ਚਾਲਕ ਨੇ ਕਿਹਾ ਕਿ ਸਾਡੇ ਆਟੋ ਵਾਲਿਆਂ ਦੇ ਪ੍ਰਧਾਨ ਹਨ, ਪਰ ਈ ਰਿਕਸ਼ਾ ਦਾ ਕੋਈ ਪ੍ਰਧਾਨ ਨਹੀਂ ਹੈ, ਜਿਸ ਦੇ ਚੱਲਦੇ ਉਹਨਾਂ ਦੀ ਪੁਲਿਸ ਕੋਈ ਵੀ ਗੱਲ ਨਹੀਂ ਸੁਣਦੀ। ਦੇਖੋ ਪਹਿਲੀ ਗੱਲ, ਕੀ ਨਾਮ ਹੈ ਤੁਹਾਡਾ? ਰਮਨ ਕੁਮਾਰ ਜੀ। ਰਮਨ ਜੀ, ਕਿੱਥੇ ਕੰਮ ਕਰਦੇ ਹੋ, ਕੀ ਕਰਦੇ? ਮੈਂ ਔਰ ਈ ਰਿਕਸ਼ਾ ਚਲਾਉਂਦਾ ਜੀ। ਅੱਛਾ, ਕੀ ਦਿੱਕਤ ਆ ਰਹੀ ਹੈ? ਦਿੱਕਤ ਇਹ ਆ ਰਹੀ, ਇਹ ਉੱਥੋਂ ਚੌਂਕ ਤੋਂ ਲੈ ਕੇ ਅਗਲੇ ਚੌਂਕ ਤੱਕ ਕੋਈ ਸਵਾਰੀ ਬਿਠਾ ਕੇ ਆ ਰਿਹਾ, ਉਤਾਰ ਲੈਂਦੇ ਹਾਂ ਜੀ, ਜਦਕਿ ਸਵਾਰੀ ਖੜੀ ਹੁੰਦੀ ਹੈ, ਸਵਾਰੀ ਕਿਤੇ ਵੀ ਨਹੀਂ, ਅੱਡੇ ਤੋਂ ਸਵਾਰੀ ਨਹੀਂ ਚੱਕਣੀ, ਜਾਂ ਨਾ ਹੱਥ ਮਾਰ ਕੇ ਸਵਾਰੀ ਬੋਲੋ, ਸਵਾਰੀ ਨੇ ਆਪ ਸਾਨੂੰ ਰੋਕ ਕੇ ਸਵਾਰੀ ਬੈਠ ਜਾਂਦੀ ਹੈ, ਕਹਿੰਦੇ ਸਾਡੀ ਸਵਾਰੀ ਸਾਡੇ ਕੋਲ ਤੁਰ ਕੇ ਆਏਗੀ, ਹੁਣ ਸਵਾਰੀ ਇੰਨੀ ਬੇਵਕੂਫ ਤਾਂ ਨਹੀਂ, ਉੱਥੋਂ ਤੁਰ ਕੇ ਆਏਗੀ। ਅੱਜ ਸੰਡੇ ਦਾ ਟਾਈਮ ਹੈ, ਦੋ ਸਵਾਰੀਆਂ ਖੜੀਆਂ, ਅੰਟਾ ਦਾ ਟੈਂਪੂ ਨਹੀਂ ਭਰਦਾ, ਹੁਣ ਸਵਾਰੀ ਖੜੀ ਜਾਣੀ, ਸਾਨੂੰ ਅਗਲੇ ਹੱਥ ਮਾਰੇ ਬਿਠਾ ਲਈ ਸਵਾਰੀ। ਨਾਲੇ ਪਹਿਲੀ ਗੱਲ ਤਾਂ ਇਹ ਜਿਹੜੇ ਜਿਹੜੇ ਟੈਂਪੂ ਨੇ ਤਾਂ ਭਾਜੀ ਕਾਗਜ਼ਾਂ 'ਚ ਬੰਦ ਹੋਏ ਪਏ ਨੇ, ਡੀਜ਼ਲ ਵਾਲੇ, ਡੀਜ਼ਲ ਵਾਲੇ, ਕਿਤੇ ਵੀ ਨਹੀਂ ਚੱਲਦੇ, ਧੱਕੇ ਨਾਲ ਚਲਾ ਰਹੇ ਨੇ, ਨਾਲੇ ਇਹਨਾਂ ਦੀ ਯੂਨੀਅਨ ਕੋਈ ਵੀ ਨਹੀਂ ਹੈਗੀ, ਧੱਕੇ ਨਾਲ ਯੂਨੀਅਨ ਬਣਾਈ ਫਿਰਦੇ ਨੇ, ਸਵਾਰੀ ਮਾਰ ਕੁੱਟ ਕਰਦੇ ਆ, ਸਵਾਰੀ ਉਤਾਰ ਲੈਣੇ, ਉਹ ਸਭ ਨੇ ਰੋਟੀ ਕਮਾ ਕੇ ਖਾਣੀ ਹੈ ਜੀ, ਅਸੀਂ ਇਹ ਤਾਂ ਨਹੀਂ ਕਹਿੰਦੇ ਤੁਸੀਂ ਨਾ ਸਵਾਰੀ ਬਿਠਾਓ, ਆਪਣੇ ਅੱਡੇ ਸਵਾਰੀ ਬਿਠਾਓ, ਰਾਹ ਚੱਲਦੀ ਤੁਸੀਂ ਥੋੜ੍ਹੇ ਉਤਾਰ ਸਕਦੇ ਜੀ ਸਾਡੇ ਤੋਂ, ਇਹ ਸਾਡੀ ਰਾਹ ਚੱਲਦੀ ਸਵਾਰੀ ਉਤਾਰ ਲੈਂਦੇ ਜੀ। ਕੀ ਘਟਨਾ ਹੋਈ ਹੈ? ਘਟਨਾ ਇਹ ਆ, ਬੰਦਾ ਖਾਲਸਾ ਕੋਲੋਂ ਦੋ ਸਵਾਰੀ ਬਿਠਾ ਕੇ ਲਿਆ ਰਿਹਾ ਸੀਗਾ ਜੀ, ਉਹਦੇ 200 ਲੇਡੀਜ਼ ਕੁੜੀਆਂ ਖੜੀਆਂ ਸੀਗੀਆਂ, ਉਹਨਾਂ ਨੇ ਇਹਨੂੰ ਹੱਥ ਦਿੱਤਾ, ਇਹਨੇ ਆਟੋ ਰੋਕ ਲਿਆ ਜੀ, ਆਟੋ ਇੱਕ ਦੋ ਸਵਾਰੀਆਂ ਬਿਠਾ ਲਈਆਂ ਜੀ ਇਹਨੇ, ਦੋ ਵਾਰ ਉਹ ਜਿਹੜਾ ਦੂਜਾ ਬੰਦਾ ਸੀਗਾ ਉਹਨੇ ਆ ਕੇ ਇਹਦਾ ਇਸ਼ਕਾ ਫੜ ਲਿਆ ਜੀ, ਇਹਦਾ ਹੈਂਡਲ ਮੋੜਤਾ, ਇਹਦੇ ਹੱਥ 'ਚ ਪਤਾ ਨਹੀਂ ਕੀ ਚੀਜ਼ ਸੀਗੀ, ਇਹਦੇ ਅੱਖ 'ਤੇ ਮਾਰ ਕੇ ਅੱਖ ਪਾੜਤੀ ਜੀ, ਉਹ ਕਹਿ ਵੀ ਰਹੇ ਸੀ ਪਿਆਰ ਨਾਲ ਗੱਲ ਕਰੋ, ਜੋ ਵੀ ਆ ਸਵਾਰੀ ਆਪਣੀ ਨਹੀਂ ਅਸੀਂ ਬਿਠਾਉਂਦੇ, ਪਰ ਉਹਨੇ ਫਿਰ ਵੀ ਇਹਨੂੰ ਕੁੱਟ ਮੇਰੇ ਨਾਲ ਮਾਰ ਕੁੱਟ ਕੀਤੀ ਜੀ, ਅੱਖ ਪਾੜਤੀ ਜੀ, ਇਹ ਗੱਲ ਹੋਈ, ਕਿਰਪਾਨ ਕੱਢ ਲਈ ਇਹਨਾਂ ਨੇ, ਕਿਰਪਾਨ ਕਰ ਲਈ, ਫਿਰ ਉਹ ਭੱਜ ਗਏ, ਉਹਨਾਂ ਨੇ ਆਪਣਾ ਬੰਦਾ ਭਜਾਤਾ ਜੀ, ਇਹਨਾਂ ਨੂੰ ਫੜ ਲਿਆ, ਉਹਨਾਂ ਨੇ ਆਪਣਾ ਬੰਦਾ ਭਜਾਤਾ ਜੀ, ਆਪਣਾ ਬੰਦਾ ਭਜਾ ਕੇ ਇਹਨਾਂ ਨੂੰ ਫੜ ਲਿਆ ਵਿਚਾਰੇ ਨੂੰ, ਜਿਹਨੇ ਕੁੱਟਿਆ ਸੀਗਾ। ਪਹਿਲਾਂ ਕਦੇ ਪੁਲਿਸ ਕੰਪਲੇਂਟ ਕੀਤੀ ਹੈ? ਪੁਲਿਸ ਕੰਪਲੇਂਟ ਕੀ ਕੀਤੀ ਜੀ? ਪਹਿਲਾਂ ਉਹ ਸਾਡੇ ਪਹਿਲੀ ਗੱਲ ਤਾਂ ਜਾਓ, ਅਗਲਾ ਕਹਿੰਦੇ ਯੂਨੀਅਨ ਦਾ ਪ੍ਰਧਾਨ ਨੂੰ ਬੁਲਾਓ ਜੀ, ਹੁਣ ਈ ਰਿਸ਼ਕਾ ਦਾ ਕੋਈ ਪ੍ਰਧਾਨ ਹੈ ਹੀ ਨਹੀਂ ਜੀ, ਇਹ ਰਿਸ਼ਕਾ ਬਚਾ ਰਾਹ ਚੱਲਦੀ ਸਵਾਰੀ ਚੱਕਦੇ ਨੇ, ਕੋਈ ਯੂਨੀਅਨ ਤਾਂ ਹੈ ਨਹੀਂ, ਇਹ ਰਿਸ਼ਕਾ ਲੈ ਦੀ, ਇਹਨਾਂ ਦੀ ਯੂਨੀਅਨ ਬਣੀ ਹੋਈ ਹੈ, ਇਹਨਾਂ ਦਾ ਪ੍ਰਧਾਨ ਆਇਆ, ਸਾਡਾ ਕੋਈ ਪ੍ਰਧਾਨ ਹੀ ਨਹੀਂ ਹੈਗਾ ਜੀ। ਇਸ ਮਾਮਲੇ ਨੂੰ ਸੁਲਝਾਉਣ ਆਏ ਪੁਲਿਸ ਮੁਲਾਜ਼ਮਾਂ ਨੇ ਆਖਿਰ ਕੀ ਕਿਹਾ, ਆਓ ਸੁਣਦੇ ਹਾਂ। ਦੇ ਵਿੱਚ ਆਪਸ ਕੋਈ ਦੋ ਤਰ੍ਹਾਂ ਦੀ ਲੜਾਈ ਹੋਈ ਆ, ਜਿਹਦੇ ਕੋਈ ਨਿਹੰਗ ਸਿੰਘ ਉਹਨਾਂ ਦੇ ਸੱਟ ਵੱਜੀ ਆ, ਜਿਨ੍ਹਾਂ ਨੇ ਸਾਨੂੰ ਹੁਣ ਲਾਵਾਂ ਦੱਸਿਆ ਬੰਦਿਆਂ ਦਾ ਵੀ ਫਲਾਣੇ ਬੰਦੇ ਨਾਲ ਝਗੜਾ ਹੋਇਆ, ਉਹਨਾਂ ਨੂੰ ਅਸੀਂ ਥਾਣੇ ਬੁਲਾ ਕੇ ਉਹਨਾਂ ਦਾ ਸੁਣ ਰਹੇ ਹਾਂ, ਜੋ ਵੀ ਮਸਲਾ ਹੋਇਆ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਰਾਂਗੇ। ਸਰ, ਪੁਲਿਸ ਉੱਤੇ ਵੀ ਇਹਨਾਂ ਨੇ ਕਿਰਪਾਨ ਖੋਲੀ ਵੀ ਆ? ਨਹੀਂ, ਕੋਈ ਇਹੋ ਜਿਹੀ ਗੱਲ ਨੋਟਿਸ ਨਹੀਂ ਆਈ।
ਸਾਈਡ ਤੇ ਕਰਨ ਲੱਗਿਆਂ ਜ਼ਰੂਰ ਅੱਗੇ ਬਹਿਸ ਕੀਤੀ ਇਹਨਾਂ ਨੇ, ਪਰ ਕੋਈ ਇਹੋ ਜਿਹੀ ਕਿਰਪਾਨ ਚੱਕਣ ਵਾਲੀ ਨਹੀਂ। ਤੁਹਾਡੇ ਦੀ ਗੱਡੀ ਸੀ ਕਿਰਪਾਨ ਤੋਂ ਤੁਹਾਡੇ ਦੀ ਗੱਡੀ ਸੀ ਐਸੇ ਜਿਸੋਂ ਤੁਹਾਡੇ ਦੀ ਗੱਡੀ ਦੀ ਕਿਰਪਾਨ ਤਾਂ ਹੁਣ ਅਸੀਂ ਦੇਖਿਆ ਨਹੀਂ, ਜ਼ਰੂਰ ਉਹਨਾਂ ਨੇ ਪਿੱਛੇ ਹੋ ਕੇ ਰੌਲਾ ਜ਼ਰੂਰ ਪਾਉਣ ਲੱਗੇ, ਪਰ ਸਾਈਡ ਤੇ ਕਰਤੇ ਸੀ ਅਸੀਂ ਉਹਨੂੰ ਐਮੀਕੇਬਲੀ ਨਿਬੇੜਤਾ। ਹਾਂਜੀ ਬਿਲਕੁਲ ਅੰਡਰ। ਇਹ ਮਸਲਾ ਕੀ ਹੈ ਜੀ, ਯੂਨੀਅਨ ਦਾ ਆਪਸ ਦੇ ਵਿੱਚ ਕੀ ਤਕਰਾਰ ਹੈ? ਇਹ ਹੁਣ ਮੈਂ ਦੋਨੋਂ ਪਾਰਟੀਆਂ ਥਾਣੇ ਬੁਲਾ ਲਈਆਂ, ਮੈਂ ਸੁਣ ਕੇ ਜਿਹਨੇ ਵੀ ਗਲਤੀ ਕੀਤੀ, ਜਿਹਨੇ ਨਜਾਇਜ਼ ਕੀਤੀ ਉਹਦੇ ਖਿਲਾਫ ਕਾਰਵਾਈ ਹੋਊ। ਸਰ ਇੱਕ ਆਟੋ ਦੀ ਭੰਨ ਤੋੜ ਵੀ ਕੀਤੀ ਗਈ ਹੈ ਤੁਹਾਡੇ ਸਾਹਮਣੇ, ਦੇਖ ਰਿਹਾ ਜੀ ਆਟੋ? ਮੈਨੂੰ ਹੁਣ ਪਤਾ ਨਹੀਂ ਕਿੰਨੇ ਕਰੀ ਹੈ, ਮੈਂ ਉਹੀ ਦੋਵੇਂ ਪਾਰਟੀਆਂ ਬੁਲਾਈਆਂ ਹੋਈਆਂ, ਜਿਹਨੇ ਨਜਾਇਜ਼ ਕੀਤਾ ਉਹਦੇ ਨਾਲ ਜ਼ਰੂਰ ਕਰ। ਬਿਊਰੋ ਰਿਪੋਰਟ, ਰੰਗਲਾ ਟੀਵੀ।